ਕੋਈ ਰਾਜਾ ਹੋਵੇ, ਕੋਈ ਪੰਡਿਤ ਹੋਵੇ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਹੋਰ ਨਾ ਕੋਈ। ਠੀਕ ਹੈ, ਸੰਸਾਰ 'ਚ ਵੱਡਾ ਹੈ ਸਾਰਿਆਂ ਨੂੰ, ਪਰ ਉਹਨੇ ਸੰਸਾਰ 'ਤੇ ਕੀ ਲੈਣਾ, ਉਹਦੇ ਸੰਸਾਰ 'ਚ ਹੁੰਦਾ, ਸੰਸਾਰ ਦੇ ਬਾਹਰ ਹੈ। ਸੰਸਾਰ ਨਾਲ ਤਾਂ ਉਹਦਾ ਕੋਈ ਕੰਪੀਟੀਸ਼ਨ ਨਹੀਂ ਹੈ, ਸੰਸਾਰ ਨਾਲ ਤਾਂ ਉਹਦਾ ਕੋਈ ਵਾਸਤਾ ਲੈਣ ਦੇਣ ਨਹੀਂ ਹੈ। ਉਹ ਤਾਂ ਸੱਚਖੰਡ ਦੇ ਨਾਲ ਆਪਣੇ ਆਪ ਨੂੰ ਤੋਲ ਕੇ ਚੱਲਦਾ ਬਈ। ਉਹ ਜਿਹੜੇ ਦੇਸ਼ 'ਚ ਰਹਿੰਦਾ ਉਹ ਦੇਸ਼ ਦੇ ਨਾਲ ਬੜਾ ਛੋਟਾ ਦੇਖੂਗਾ, ਇੱਥੇ ਦੇਖੂਗਾ ਉਹ, ਇੱਥੇ ਦਾ ਕੀ ਮਤਲਬ ਹੈ। ਜਿਹੜੇ ਬੰਦੇ ਇਮਤਿਹਾਨ 'ਚ ਬੈਠੇ ਨੇ ਉਹਨਾਂ ਦੇ ਨਾਲ ਕੰਪੀਟੀਸ਼ਨ ਹੈ ਨੰਬਰਾਂ ਦਾ, ਜਿਹੜੇ ਪੜ੍ਹਦੇ ਨੇ ਉਸ ਇਮਤਿਹਾਨ 'ਚ ਬੈਠੇ ਨੇ ਉਹਨਾਂ ਦੇ ਨਾਲ ਕੰਪੀਟੀਸ਼ਨ ਹੈ ਨੰਬਰਾਂ ਦਾ, ਜਿਹੜੇ ਬੈਠੇ ਹੀ ਨਹੀਂ, ਪੜ੍ਹਾਈ ਉਹ ਨਹੀਂ ਪੜ੍ਹੀ, ਉਹਨਾਂ ਨਾਲ ਕੀ ਆ, ਲੋਕ ਤਾਂ ਸਾਰੇ ਦੂਏ ਬਾਹਰ ਨੇ, ਪੜ੍ਹਾਈ ਤੋਂ ਹੀ ਬਾਹਰ ਨੇ, ਤਾਂ ਇਹਨਾਂ ਨਾਲ ਕਾਹਦਾ ਕੰਪੀਟੀਸ਼ਨ ਉਹਦਾ। ਸੱਚਖੰਡ ਦੇ ਜਿਹੜਾ ਹੁਕਮ ਹੈ ਉਹਦੇ ਅਧੀਨ ਕਰਤਾ ਉਹਨੇ ਆਪਣੇ ਆਪ ਨੂੰ, ਜਿੰਨੇ ਹੁਕਮ ਦੇ ਵਿੱਚ ਸਹਿਮਤੀ ਹੈ ਸਾਰਿਆਂ ਦੀ, ਸਾਰਿਆਂ ਨਾਲੋਂ ਛੋਟਾ। ਨਿਮੇ ਸੋ ਗੌਰਾ ਹੋਏ ਦਾ ਮਤਲਬ ਇਹੀ ਹੈ, ਉਹ ਨਿਮ ਗਿਆ ਸੰਸਾਰ 'ਚ, ਉਹਦਾ ਵੱਡਾ ਗੌਰ ਹੈ, ਭਾਰੀ ਹੈ ਸਾਰਿਆਂ ਨੂੰ। ਗੌਰੇ ਦਾ ਮਤਲਬ ਵੱਡਾ ਹੈ, ਸੰਸਾਰ ਨਾਲ ਤੋਲੀਏ ਤਾਂ ਵੱਡਾ ਹੈ, ਦਾਲ ਦਾ ਕੋਈ ਦਾਲ ਤੋਲ ਲਓ ਸਭ ਤੋਂ ਦੇ ਬਰਾਬਰ ਥੋੜ੍ਹੀ ਚੜ੍ਹਨਾ ਉਹਨੇ, ਪਰ ਜੇ ਸੱਚ ਖੜਨਾ ਉੱਥੇ ਦਾਸ ਹੈ, ਵਡਿਆਈ ਦਾਸ ਕਰਕੇ ਮਿਲੀ ਹੈ ਉਹਨੂੰ। ਹੰਕਾਰ ਹੰਕਾਰ ਹੈ ਜਦ ਖੇੜਾ ਛੱਡਦਾ ਜਾਂ ਦਾਸ ਬਣਦਾ, ਨਹੀਂ ਹੰਕਾਰ ਖੜੇ ਨਹੀਂ ਛੱਡਦਾ, ਅਸਲ 'ਚ ਹੰਕਾਰ ਤੋਂ ਖੜਾ ਨਹੀਂ ਛੁੱਟਦਾ। ਪਰ ਗੁਰੂ ਕੀ ਕਰਦਾ, ਹੁਣ ਸੰਸਾਰੀ ਗੁਰੂ ਨੂੰ ਆਪਾਂ ਲੈ ਲੈਂਦੇ ਹਾਂ, ਤਾਂ ਭਗਤ ਲੈ ਲੈਣਾ ਆਪਾਂ, ਸੰਸਾਰੀ ਗੁਰੂ ਆਪਣੇ ਆਪ ਨੂੰ ਪਬਲਿਕ ਨਾਲ ਤੋਲਦਾ ਸਾਰੀ ਨੂੰ, ਉਹਦਾ ਕੰਪੀਟੀਸ਼ਨ ਸੰਸਾਰ 'ਚ, ਸੰਸਾਰ ਵੱਲ ਨੂੰ ਝਾਕਦਾ ਇੱਕ ਆਦਮੀ ਵੀ ਮੇਰੇ ਬਰਾਬਰ ਕਿਸੇ ਦਾ ਗਿਆਨ ਨਹੀਂ, ਉਹ ਤਾਂ ਸੰਸਾਰੀ ਆਦਮੀ ਹੈ, ਫਿਰ ਸੰਸਾਰ ਦਾ ਕੰਪੀਟੀਸ਼ਨ ਦੇਖਦਾ, ਤੈਂ ਸੰਸਾਰ 'ਤੇ ਕੀ ਲੈਣਾ। ਉਹ ਤੂੰ ਨਰਕੀ ਜੀਵਾਂ ਨਾਲ ਕੰਪੀਟੀਸ਼ਨ ਕਰਦਾ, ਨਰਕੀ ਤੂੰ ਹੈ ਫਿਰ, ਜਿਹਨਾਂ ਨੂੰ ਤੂੰ ਨਰਕੀ ਜੀਵ ਕਹਿੰਦਾ ਚਲੋ ਉਹਨਾਂ ਨਾਲ ਤੂੰ ਆਪ ਨੂੰ ਤੋਲਦਾ, ਤੇਰਾ ਇਹਨਾਂ ਨਾਲ ਕੀ ਮਤਲਬ ਹੈ ਤੋਲਣ ਦਾ। ਜੇ ਤੂੰ ਗੁਰੂ ਨਰਕੀ ਜੀਵਾਂ ਦਾ ਤਾਂ ਤੂੰ ਨਰਕ ਦਾ ਰਾਜਾ ਹੈ, ਬਸ ਹੋਰ ਕੁਛ ਨਹੀਂ ਭੇਜਣ ਵਾਲਾ। ਹਾਂਜੀ, ਅਸ ਜਰ ਪਰ ਜਰ ਜਰ ਜਬ ਰਹਿ, ਜਦ ਆਪਣਾ ਪਰਾਇਆ ਦੋਏ ਚੀਜ਼ਾਂ ਜਲ ਕੇ ਰਹਿ ਜਾਵੇ, ਜੋ ਬਚਦਾ ਹੈ ਬਾਕੀ ਅੰਦਰ ਅੰਦਰੋਂ ਹੀ ਮਨਾਓ, ਤਾਂ ਆਪਣੇ ਅੰਦਰ ਹੀ ਹੈ ਨਾ, ਪ੍ਰਾਣੀ ਕਿਆ ਤੇਰਾ ਕਿਆ ਮੇਰਾ। ਜਦੋਂ ਇਹਦੀ ਗੱਲ ਦੀ ਸਮਝ ਆ ਜਾਵੇ ਤਾਂ ਜਲਦੀ ਹੈ, ਜਿੰਨਾ ਚਿਰ ਸਮਝ ਨਹੀਂ ਆਉਂਦੀ ਜਲਦੀ ਨਹੀਂ, ਇਹਦੀ ਸਮਝ ਆਉਣਾ ਹੀ ਜਲਣਾ ਹੈ। ਤਬ ਜਾਏ ਜੋਤ ਉਜਾਰੋ ਲਹਿ, ਫਿਰ ਜਿਹੜੀ ਜੋਤ ਹੈ ਨਾ ਉਹਦਾ ਚਾਨਣਾ ਅੰਦਰ, ਫਿਰ ਸਮਝੋ ਚਾਨਣ ਹੋ ਜਾਂਦਾ ਹੈ, ਆਪਣੀ ਬੁੱਧੀ ਜਿਹੜੀ ਹੈ ਨਾ ਉਹਦੀ ਇਹਨੂੰ ਸਮਝ ਆ ਜਾਂਦੀ ਹੈ ਬਈ ਮੈਂ ਕੀ ਹਾਂ। ਜੋਤ ਉਜਾਰੋ, ਜਿਹੜਾ ਜੋਤ ਦਾ ਅੰਦਰ ਚਾਨਣਾ ਹੈ ਨਾ ਉਹਦੀ ਇਹਨੂੰ ਪਕੜ ਆ ਜਾਂਦੀ ਵੀ ਆਹ ਮੈਂ ਤਾਂ ਚਾਨਣ ਮੈਂ ਹਾਂ। ਖਾਲਸਾ ਮੇਰੋ ਬੁੱਧ ਔਰ ਗਿਆਨ, ਬੁੱਧ ਔਰ ਗਿਆਨ ਹੈ, ਖਾਲਸਾ ਸਰੀਰ ਨਹੀਂ ਹੁੰਦਾ ਖਾਲਸੇ ਦਾ, ਪਰ ਅਸੀਂ ਬਾਣਾ ਦੇ ਕੇ ਖਾਲਸਾ ਕਰ। ਉਹ ਜਿਹੜੀ ਬੁੱਧ ਹੈ ਜਿਹਦੇ ਵਿੱਚ ਆਸਰ ਪਰ ਜਲਿਆ ਹੋਇਆ, ਮੇਰੀ ਤੇਰੀ ਖਤਮ ਹੈ, ਉਹ ਬੁੱਧ ਵਿਵੇਕ ਬੁੱਧ ਹੈ, ਔਰ ਉਹੀ ਖਾਲਸੇ ਦੀ ਬੁੱਧ, ਉਹੀ ਭਗਤ ਦੀ ਬੁੱਧ, ਉਹੀ ਗੁਰਮੁਖ ਦੀ ਬੁੱਧੀ ਹੈ। ਗੁਰਮੁਖ ਕਹਿ ਲਓ ਚਾਹੇ ਭਗਤ ਕਹਿ ਲਓ, ਖਾਲਸਾ ਕਹਿ ਲਓ, ਗੱਲ ਤਾਂ ਇੱਕੋ ਹੀ, ਸੰਤ ਕਹਿ ਲਓ ਚਾਹੇ ਕੁਛ ਵੀ ਕਹਿ ਲਓ ਚਾਹੇ ਨਾ, ਉਹਦੇ ਬਥੇਰੇ ਹੋ ਸਕਦੇ ਨੇ। ਹਾਂਜੀ, ਚੱਜਾ ਉੜਜੀ ਸੁਰਜੀ ਨਹੀਂ ਜਾਣਾ, ਚੱਜਾ ਉੜਜੀ, ਹੁਣ ਦੂਆ ਪੱਖ ਲੈ ਲਿਆ ਜਿਹੜੇ ਉੜਜੇ ਹੋਈਆਂ ਮੱਤਾਂ ਨੂੰ, ਇਹ ਤਾਂ ਦੱਸਦੀ ਨਾ ਗੁਰਮਤ ਇੱਥੇ ਤੱਕ ਸਿਰੇ ਪਹੁੰਚਾ ਤਾ ਗੁਰਮਤ ਨੇ, ਤਬ ਜਾਏ ਜੋਤ ਉਜਾਰੋ, ਜੋਤ ਨਾਲ ਜੋੜਤਾ,
ਜੋਤੀ ਜੋਤ ਮਿਲ ਜਾਂਦੀ ਹੈ। ਇੱਥੋਂ ਕਹਾਣੀ ਸ਼ੁਰੂ ਕਰਕੇ ਐਂਡ ਤੱਕ ਦੱਸਤੀ, ਸੁਣ ਪੱਖ ਸ਼ੁਰੂ ਕਰ ਲਿਆ ਸੰਸਾਰੀ ਮਤਾਂ ਦਾ, ਜਿਹੜੇ ਗੁਰਮਤ ਨਹੀਂ ਜਾਣਦੇ। ਮਤਾਂ ਉਹਨਾਂ ਨੇ ਪੈਰਲਲ ਬਣਾਈਆਂ ਹੋਈਆਂ ਨੇ ਜ਼ਰੂਰ, ਪ੍ਰਚਾਰ ਧਰਮ ਦਾ ਹੀ ਕਰ ਰਹੇ ਨੇ। ਉਹ ਕੀ ਕਰ ਰਹੇ ਨੇ, ਉਹ ਕੀ ਕਰ ਰਹੇ ਨੇ? ਝੱਜਾ ਉਰਜੀ, ਜਿਹੜੀ ਮਤ ਉਲਝ ਜਾਵੇ ਨਾ ਉਹ ਆਪਣੇ ਆਪ ਨਹੀਂ ਸੁਲਝਦੀ ਹੁੰਦੀ। ਜਿਹੜੀ ਬੁੱਧ ਉਲਝ ਜਾਵੇ ਨਾ ਉਹ ਆਪਣੇ ਆਪ ਕਦੇ ਨਹੀਂ ਸੁਲਝੀ। ਇਸ ਨੂੰ ਅਸੀਂ ਕਹਿੰਦੇ ਗੁਰਬਿਨ ਗਿਆਨ ਨਹੀਂ ਹੋਏ। ਕੋਈ ਸਮਝ ਸੁਲਝਾਉਣ ਵਾਲਾ ਉਹਨੂੰ ਚਾਹੀਦਾ। ਹੁਣ ਜਿਹਨਾਂ ਲੋਕਾਂ ਦੀ ਮਤ ਉਲਝੀ ਹੋਈ ਹੈ, ਆਪਣੇ ਆਪ ਸੁਲਝ ਜਾਣਗੇ ਹੋ ਨਹੀਂ ਸਕਦਾ। ਸਾਰੀਆਂ ਮਤਾਂ 'ਤੇ ਵੱਲ ਇਸ਼ਾਰਾ, ਖੁਦ ਕਬੀਰ ਦੇ ਤਜਰਬੇ 'ਚੋਂ ਇਹ ਗੱਲ ਆਈ ਹੋਈ ਹੈ। ਜਦੋਂ ਕਬੀਰ ਉਲਝ ਗਿਆ ਸੀ, ਉਲਝੀ ਹੋਈ ਮਤ ਸੀ ਇਹਦੇ ਕੋਲ, ਮਾਲਾ ਫੇਰਦਾ ਸੀ, ਉਲਝਾ ਦਿੱਤਾ ਸੀ, ਉਲਝਾਇਆ ਕਿ ਨੇ ਉਲਝਿਆ ਹੋਇਆ ਨੇ। ਉਹਨਾਂ ਨੂੰ ਬਥੇਰਾ ਕਹਿੰਦਾ ਰਿਹਾ, ਉਹਨਾਂ ਨਹੀਂ ਇਹਨੂੰ ਸੈਟਿਸਫਾਈ ਕਰਾ ਸਕਿਆ, ਕਿਉਂਕਿ ਉਹ ਉਲਝੇ ਹੋਏ ਤੀ, ਸੁਲਝਣਾ ਜਾਣਦੇ ਹੀ ਨਹੀਂ ਸੀ ਵਿਚਾਰੇ। ਉਹ ਵੀ ਕੀ ਕਰਦੇ, ਉਹਦਾ ਜਿਹੜਾ ਇਹਨੇ ਗਾਹਾਂ ਜਾ ਕੇ ਮੰਗਰ ਜੋ ਪੜਿਆ, ਉਹ ਸੁਲਝੇ ਹੋਇਆਂ ਦੀ ਗੱਲ ਦੱਸੀ ਹੋਈ ਸੀ, ਜਿਵੇਂ ਗੁਰਬਾਣੀ ਹੈ ਸਾਡੀ, ਉਹ ਸੁਲਝੇ ਹੋਇਆਂ ਦੀ ਗੱਲ ਸੀ ਕਹੀ ਹੋਈ, ਲਿਖਤ ਅੱਖਰੀ ਰੂਪ ਦੇ ਵਿੱਚ ਸੀ। ਉਹ ਗ੍ਰੰਥ ਸੁਲਝੇ ਹੋਇਆਂ ਦੇ ਲਿਖੇ ਹੋਏ ਸੀ। ਕਹਿੰਦੇ ਉਲਝੀ ਹੋਈ ਬੁੱਧ ਆਪਣੇ ਆਪ 'ਚ ਸੁਲਝ ਜਾਵੇ, ਇਹ ਹੋ ਨਹੀਂ ਸਕਦਾ। ਸੁਲਝਣਾ ਜਾਣਦੀ ਨਹੀਂ ਹੁੰਦੀ, ਉਲਝਣਾ ਸਾਰੇ ਹੀ ਜਾਣਦੇ। ਫਾਂਸਣ ਕੀ ਵਿਧੀ ਸਭ ਕੋ ਜਾਣਾ, ਫਸਣ ਦੀ ਔਰ ਫਸਾਉਣ ਦੀ ਵਿਧੀ ਸਾਰੇ ਜਾਣਦੇ। ਸਾਰੀਆਂ ਸੰਸਾਰ ਦੀਆਂ ਮਤਾਂ ਇਸ ਚੀਜ਼ ਵਿੱਚ ਮਹਾਰਤ ਰੱਖਦੀਆਂ ਨੇ ਕਿ ਦੂਏ ਨੂੰ ਫਸਾਉਣਾ ਕਿਵੇਂ, ਇਹਦੇ 'ਚ ਉਹਨਾਂ ਦੀ ਪੂਰੀ ਮਹਾਰਤ ਹੈ। ਸੰਤ ਸਾਰੇ ਮਹਾਰਤ ਰੱਖਦੇ ਨੇ ਕਿ ਬੰਦੇ ਨੂੰ ਫਸਾਉਣਾ ਕਿਵੇਂ, ਥੋੜ੍ਹਾ ਜਿਹਾ ਗਿਆਨ ਪੜ੍ਹਦੇ ਨੇ ਫਸਾਉਣ ਵਾਸਤੇ ਪੜ੍ਹਦੇ ਨੇ। ਫਿਰਨਾ ਬਾਜਾਂ 'ਤੇ ਸਿੱਖਦਾਰਾਂ, ਤਿੰਨਾਂ ਪੜਿਆ ਨੌ, ਫਾਹੀ ਲੱਗੀ ਜਾਤ ਫਾਹਿਨ। ਔਰ ਇੱਕ ਗੱਲ ਹੋਰ ਹੈ, ਜਾ ਤੇ ਫਸਾ ਸਕਦੇ ਨੇ, ਜਾਨਵਰ ਨੂੰ ਫਸਾ ਕੇ ਦਿਖਾਉਣ, ਆਦਮੀ ਤੋਂ ਬਿਨਾਂ ਕਿਸੇ ਨੂੰ ਫਸਾ ਕੇ ਦਿਖਾਉਣ, ਹੋਰ ਨੂੰ ਫਸਾ ਦੇਣਗੇ, ਕਿਉਂ ਨਹੀਂ ਫਸਾ ਸਕਦੇ? ਬਸ ਆਦਮੀ ਹੈ ਜਿਹੜਾ ਇਸ ਸਟੇਜ 'ਤੇ ਆ ਕੇ ਫਸ ਵੀ ਸਕਦਾ, ਨਿਕਲ ਵੀ ਸਕਦਾ। ਦੂਜੇ ਜਾਨਵਰ ਨਿਕਲਣਗੇ ਨਿਕਲਣਗੇ, ਫਸ ਸਕਦੇ ਹੀ ਨਹੀਂ, ਹੋਰ ਕਿਸੇ ਪੌੜੀ 'ਤੇ ਕੋਈ ਖਤਰਾ ਹੀ ਨਹੀਂ। ਨਾ ਉਹਨਾਂ ਦੇ ਇਹੋ ਜਿਹਾ ਉਪਦੇਸ਼ ਹੈ, ਨਾ ਉਹਨਾਂ ਦੇ ਇਹੋ ਜਿਹਾ ਧਰਮ ਹੈ, ਨਾ ਉਹਨਾਂ ਦੇ ਕੋਈ ਗ੍ਰੰਥ ਨੇ। ਉਹਨਾਂ ਨੇ ਇਹੋ ਜਿਹਾ ਕੋਈ ਬਣਾਇਆ ਨਹੀਂ ਫਸਣ ਦਾ, ਉਹਨਾਂ ਨੂੰ ਖਤਰਾ ਹੈ ਨਹੀਂ। ਜਿੰਨੇ ਅਸੀਂ ਜ਼ਿਆਦਾ ਧਰਮ ਬਣਾਏ ਨੇ, ਸਭ ਦੁਕਾਨਾਂ ਫਸਾਉਣ ਦੀਆਂ ਨੇ। ਅਕਲ ਥੋੜ੍ਹੀ ਹੈ ਤਾਂ ਨਹੀਂ ਠੱਗਣ, ਸਾਡੇ ਕੋਲ ਅਕਲ ਜ਼ਿਆਦਾ ਸੀ, ਅਸੀਂ ਕਿਹਾ ਵੀ ਬੈਠੇ ਖਾਈਏ, ਅਕਲ ਦੇ ਜ਼ੋਰ ਨਾਲ ਖਾਈਏ, ਉਹ ਸਰੀਰ ਦੇ ਜ਼ੋਰ ਨਾਲ ਖਾਂਦੇ ਨੇ ਸਾਰੇ, ਚਾਹੇ ਕੋਈ ਕਮਜ਼ੋਰ ਹੈ ਚਾਹੇ ਕੋਈ ਤਾਕਤਵਰ ਹੈ। ਖੰਭ ਮਾਰਦੇ ਨੇ, ਉੜ ਕੇ ਜਾਂਦੇ ਨੇ, ਕੋਈ ਤੁਰ ਕੇ ਜਾਂਦਾ, ਕੋਈ ਭੱਜ ਕੇ ਜਾਂਦਾ, ਆਪਣੀ ਤਾਕਤ ਨਾਲ ਕੋਈ ਸ਼ਿਕਾਰ ਮਾਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਉਹ ਸਾਰੇ ਆਪਣੇ ਸਰੀਰ ਦੇ ਇਸਤੇਮਾਲ ਨਾਲ ਉਹਨਾਂ ਦੀ ਖੁਰਾਕ। ਅਸੀਂ ਇਹ ਦੇਖਦੇ ਹਾਂ ਵੀ ਕਮੋੜ ਲੋਕ ਖਾਈਏ ਅਸੀਂ, ਫਾਹੀ ਲੱਗੀ ਜਾਤ ਫਾਹਨ, ਬਹੁਤ ਬੜਾ ਅਪਰਾਧ ਹੈ, ਅੱਗੇ ਨਾ ਹੀ ਥਾਂ, ਅੱਗੇ ਕੋਈ ਜਗ੍ਹਾ ਨਹੀਂ ਹੋਣੀ ਸੱਚਖੰਡ, ਤਾਂ ਉਹਨਾਂ ਦੀ ਜਗ੍ਹਾ ਮਤਲਬ ਹੀ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ, ਬਹੁਤ ਬੜਾ ਅਪਰਾਧ ਹੈ। ਜੇ ਇਕੱਲੇ ਇਸ ਹੀ ਨੁਕਤੇ ਦਾ ਪ੍ਰਚਾਰ ਕੀਤਾ ਜਾਵੇ, ਨਫ਼ਰਤ ਨਾਲ ਨਾ ਕੀਤਾ ਜਾਵੇ, ਸਮਝਾ ਕੇ ਕੀਤਾ ਜਾਵੇ, ਉਹ ਅਗਿਆਨਤਾ ਵਸੇ ਕਰ ਰਹੇ ਨੇ, ਅਗਿਆਨਤਾ ਕਰਕੇ ਹੀ ਲੋਭ ਹੁੰਦਾ, ਅਗਿਆਨਤਾ ਕਰਕੇ ਹੀ ਹੰਕਾਰ ਹੁੰਦਾ।
ਬਈ ਤੁਸੀਂ ਆਪਣਾ ਕਿਉਂ ਨੁਕਸਾਨ ਕਰ ਰਹੇ ਹੋ। ਤੁਸੀਂ ਚਲੋ ਪ੍ਰਚਾਰ ਕਰੋ, ਪਰ ਤੁਸੀਂ ਪ੍ਰਚਾਰ ਜਿਹੜੀ ਕਮੀ ਹੈ ਉਹ ਤਾਂ ਦੂਰ ਕਰ ਲਓ ਆਪਣੀ। ਚਲੋ ਤੁਸੀਂ ਬਣੇ ਰਹੋ, ਗੁਰੂ ਵੀ ਬਣੇ ਰਹੋ, ਕਹੋਦੇ ਰਹੋ, ਜੋ ਵੀ ਮਰਜ਼ੀ ਕਹੀ ਜਾਓ, ਪਰ ਕਮ ਸੇ ਕਮ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਛੁੱਟਣ ਦੀ ਵਿਧੀ ਹੈ। ਜੇ ਨਹੀਂ ਹੈ ਪਹਿਲਾਂ ਆਪ ਸਮਝੋ, ਉਹਦਾ ਪ੍ਰਚਾਰ ਕਰੋ, ਫਿਰ ਪਰਉਪਕਾਰ ਹੈ। ਪਰ ਤੁਸੀਂ ਗਲਤ ਪ੍ਰਚਾਰ ਕਰ ਕਰਕੇ ਇਹਨਾਂ ਨੇ ਤਾਂ ਲੋਕਾਂ ਨੂੰ ਫਸਾਉਂਦੇ ਹੋ ਨਾਲੇ ਆਪ ਫਸੇ ਹੋਏ। ਤੁਸੀਂ ਤਾਂ ਸਗੋਂ ਅਪਰਾਧ ਕਰੀ ਜਾਂਦੇ ਹੋ। ਯਾਰ ਤੁਸੀਂ ਸਾਨੂੰ ਸਮਝਾਓ ਵੀ ਅਪਰਾਧ ਕਿਉਂ ਨਹੀਂ ਹੈ, ਹਟ ਸਕਦੇ ਨੇ। ਪਰ ਇਹ ਵਿਧੀ ਵੀ ਹੈ ਜੋ ਆਊਟ ਨਹੀਂ ਹੈ ਪਬਲਿਕ ਦੇ ਵਿੱਚ। ਪਬਲਿਕ ਦੇ ਵਿੱਚ 250 ਸਾਲ ਦੀ ਇਹ ਪਤਾ ਵੀ ਹੈ ਨਹੀਂ, ਜੇ ਹੈ ਵੀ ਤਾਂ ਬਿਲਕੁਲ ਕਲੀਅਰ ਨਹੀਂ ਹੈ ਲੋਕਾਂ ਨੂੰ ਗੱਲ, ਲੋਕਾਂ ਕੋਲ ਕਲੀਅਰ ਨਹੀਂ ਹੈ। ਕਰਦੇ ਨੇ ਅੱਧ ਪਚੱਧ ਗੱਲ, ਕੋਸ਼ਿਸ਼ ਕਰ ਰਹੇ ਨੇ, ਪਰ ਜੇ ਕਲੀਅਰ ਹੋ ਜਾਵੇ, ਜਿਹੜੇ ਆਦਮੀ ਅੱਧ ਪਚੱਧ ਗੱਲ ਕਰਦੇ ਨੇ ਉਹਨਾਂ ਨੂੰ ਕਲੀਅਰ ਹੋ ਜਾਵੇ ਤਾਂ ਬੜੇ ਸੌਖੇ ਤਰੀਕੇ ਨਾਲ, ਹੁਣ ਤਾਂ ਸਾਡੇ ਕੋਲ ਸਾਧਨ ਬੜੇ ਨੇ, ਪ੍ਰਚਾਰ ਹੋ ਸਕਦਾ। ਬਹੁਤ ਸਾਰੇ ਲੋਕ ਹੋਰ ਵੀ ਸਿਆਣੇ ਨੇ, ਉਹ ਦੂਜਿਆਂ ਨੂੰ ਉਹਨਾਂ ਨੂੰ ਜਿਹੜੇ ਪਖੰਡੀ ਨੇ, ਕਮ ਸੇ ਕਮ ਜਿਹੜਾ ਜੇ ਮੰਨਣਗੇ ਨਹੀਂ ਤਾਂ ਚੁੱਪ ਕਰ ਜਾਣਗੇ। ਜਿਹਨਾਂ ਨੇ ਨਹੀਂ ਮੰਨਣੀ ਨਾ ਇਹ ਗੱਲ ਤਾਂ ਚੁੱਪ ਕਰ ਜਾਣਗੇ, ਉਹ ਸੀਮਤ ਦਾਇਰੇ 'ਚ ਹੋ ਜਾਣਗੇ, ਸੁੰਗੜ ਕੇ ਰਹਿ ਜਾਣਗੇ। ਉਹਨਾਂ ਤੋਂ ਉਹਨਾਂ ਦੇ ਚੇਲੇ ਬਾਕੀ ਹੋ ਜਾਣਗੇ ਸਾਰੇ, ਸਮਝਾਉਣ ਵਾਲੇ ਹੋਰ ਬਥੇਰੇ ਹੁੰਦੇ ਨੇ। ਚੋਰੀ ਹੈ, ਚੋਰ ਵੀ ਹੈਗੇ ਨੇ, ਸਮਝਾਉਣ ਵਾਲੇ ਵੀ ਬਹੁਤ ਨੇ ਵੀ ਚੋਰੀ ਨਹੀਂ ਕਰਨੀ, ਤਾਂ ਜਿਹੜਾ ਖੜਾ ਨਹੀਂ ਚੋਰ ਬਣਦਾ। ਬੁਰਾਈ ਦੇ ਖਿਲਾਫ ਸਮਝਾਉਣ ਵਾਲੇ ਜ਼ਿਆਦਾ ਨੇ, ਬੁਰਾਈ ਵੱਲ ਪ੍ਰੇਰਿਤ ਕਰਨ ਵਾਲੇ ਥੋੜ੍ਹੇ ਨੇ, ਤਾਂ ਬੁਰਾਈ ਤੋਂ ਲੋਕ ਬਚੇ ਹੋਏ ਨੇ। ਸੌਖੀ ਗੱਲ ਹੈ ਨਾ, ਉਹ ਸਮਝ ਆਈ ਹੋਈ ਹੈ ਲੋਕਾਂ ਦੇ। ਇਹ ਵੀ ਜੇ ਆਮ ਪਬਲਿਕ ਦੇ ਸਮਝ ਆ ਜਾਵੇ ਗੱਲ, ਸਮਝਾ ਦਿੱਤੀ ਜਾਵੇ, ਪਬਲਿਕ ਹੀ ਪ੍ਰਚਾਰ ਕਰੇ ਇਹਦਾ ਅਸਲ ਦੇ ਵਿੱਚ, ਘਰ ਦੇ ਵਿੱਚ ਘਰ ਦੇ ਪ੍ਰਚਾਰ ਕਰਨ, ਬੱਚਿਆਂ ਨੂੰ ਘਰ ਦੇ ਲੈਵਲ 'ਤੇ ਸ਼ੁਰੂ ਹੋਣੀ ਹੈ। ਉਦੋਂ ਸਿਆਣਾ ਕੋਈ ਮੁਹੱਲੇ ਦੇ ਲੈਵਲ 'ਤੇ ਹੁੰਦਾ, ਸਿਆਣੇ ਤਾਂ ਹੈਗੇ ਹੀ ਨੇ ਲੋਕ, ਕੋਈ ਔਖਾ ਨਹੀਂ ਹੈ। ਪਰ ਸਟਾਰਟ ਦੇ ਵਿੱਚ ਪ੍ਰਚਾਰ ਹੈ, ਸਟਾਰਟ ਤੋਂ ਹੀ ਗੱਲ ਸਮਝ ਆ ਜਾਵੇ, ਕੋਈ ਔਖਾ ਨਹੀਂ ਹੈ, ਸਾਰੀ ਗੱਲ ਬਦਲ ਜੂਗੀ। ਹਵਾ ਹੀ ਹੈ ਨਾ, ਹਵਾ ਹੀ ਬਦਲ ਜਾਣੀ ਹੈ, ਹਵਾ ਕੀ ਬਦਲਣੀ, ਜਿਹੜੀ ਬੋਲਦੇ ਉਹ ਬਦਲ ਜਾਣੀ ਹੈ, ਹੋਰ ਹਵਾ ਤਾਂ ਇਹੀ ਰਹਿਣੀ ਹੈ ਬਾਹਰ ਤਾਂ। ਬੋਲਚਾਲ ਦੀ ਭਾਸ਼ਾ ਬਦਲ ਜਾਣੀ ਹੈ, ਬੋਲਚਾਲ ਦੀ ਭਾਸ਼ਾ ਜੇ ਬਦਲਦੀ ਹੈ ਉਹਦੇ ਨਾਲ ਹਵਾ ਬਦਲ ਜਾਣੀ ਹੈ, ਸਿੱਖਿਆ ਬਦਲ ਜਾਣੀ ਹੈ, ਸਿੱਖਿਆ ਨਾਲ ਚੜ੍ਹਨ ਦਾ ਫਰਕ ਪੈਂਦਾ। ਹਾਂਜੀ, ਧਿਆ ਔਰ ਜੇ ਸੁਰਜ ਨਹੀਂ ਜਾਣਾ, ਰਹੇ ਉਹ ਝਜਕ ਨਾਹੀਂ ਪਰਵਾਨਾ। ਹੁਣ ਜਿਹੜੇ ਉਲਝੇ ਹੋਏ ਨੇ ਉਹ ਵਿਚਾਰੇ ਝੱਖ ਮਾਰ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਨਿਕਲਣ ਦੀ, ਪਰ ਨਹੀਂ ਨਿਕਲ ਨਹੀਂ ਸਕਦੇ। ਸੜਜਾ ਕਿਉਂ ਨਹੀਂ ਨਿਕਲ ਰਹੇ? ਪੁੰਨ ਪਾਪ ਨੂੰ ਮੰਨ ਰਹੇ ਨੇ ਇੱਕ ਪਾਸੇ, ਇੱਕ ਪਾਸੇ ਕਹਿੰਦੇ ਨੇ ਆਤਮਾ ਅਮਰ ਹੈ, ਇੱਕ ਪਾਸੇ ਕਹਿੰਦੇ ਨੇ ਪਰਮੇਸ਼ਰ ਦਾ ਕੀਤਾ ਸਭ ਕੁਛ ਹੁੰਦਾ ਹੈ, ਇੱਕ ਪਾਸੇ ਕਹਿ ਰਹੇ ਨੇ ਅਸੀਂ ਕੁਛ ਕਰ ਸਕਦੇ ਹਾਂ। ਬਸ ਇਹਨਾਂ ਦੋਵਾਂ ਸੁਰਾਂ 'ਚ ਉਲਝੇ ਹੋਏ ਨੇ, ਇੱਕ ਪਾਸੇ ਜੀਵ ਹੱਤਿਆ ਹੁੰਦੀ, ਇੱਕ ਪਾਸੇ ਹੋਈ ਹੈ ਪੁੰਨ ਪਾਪ ਜੀਵ ਹੱਤਿਆ ਹੀ ਹੈ। ਇੱਕ ਪਾਸੇ ਕਹਿੰਦੇ ਨੇ ਜੀਵ ਮਰਦਾ ਨਹੀਂ, ਇੱਕ ਪਾਸੇ ਕਹਿੰਦੇ ਨੇ ਜੀਵ ਹੱਤਿਆ ਹੋ ਜਾਂਦੀ ਹੈ। ਇਹ ਜਿਹੜਾ ਹੈ ਨਾ ਉਲਝਾਵਾ, ਉਲਝਣ 'ਚੋਂ ਇਹ ਜੋ ਬਾਹਰ ਨਹੀਂ ਆ ਰਹੇ, ਭਵਰ ਹੈ ਘੁੰਮਣ ਘੇਰੀ ਹੈ ਨਾ ਜਿਵੇਂ ਪਾਣੀ ਦੀ ਹੁੰਦੀ ਹੈ, ਇਹ ਜੋ ਬਾਹਰ ਨਹੀਂ ਆ ਰਹੇ, ਇਹਦੇ ਵਿੱਚ ਉਲਝ ਕੇ ਰਹੇ ਹੋਏ, ਇਹ ਭਵਰ 'ਚ ਫਸੇ ਹੋਏ। ਜਿੱਦਣ ਪੁੰਨ ਪਾਪ ਦੇ ਵਿੱਚੋਂ ਨਿਕਲ ਗਏ ਇਹ, ਉਦਣ ਸਿੱਧੀ ਲਾਈਨ ਚੱਲ ਪਊਗੀ। ਪੁੰਨ ਪਾਪ ਦੀ ਲਾਈਨ ਇੱਕ ਚੀਜ਼ 'ਤੇ ਖੜ੍ਹੇ ਹੋ ਜਾਓ, ਜਾਂ ਤਾਂ ਕਹੋ ਵੀ ਅਸੀਂ ਪੁੰਨ ਪਾਪ ਕਰ ਸਕਦੇ ਹਾਂ, ਫਿਰ ਰੱਬ ਦੇ ਹੱਥ 'ਚ ਕੋਈ ਨਹੀਂ, ਨਾ ਕੋਈ ਰੱਬ ਹੈਗਾ, ਫਿਰ ਇਹ ਗੱਲ ਛੱਡ ਦਿਓ। ਫਿਰ ਤਾਂ ਉਹ ਲੋਕ ਚੰਗੇ ਨੇ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ,
ਰੱਬ ਨੂੰ ਜਿਹੜੇ ਨਹੀਂ ਮੰਨਦੇ ਉਹ ਵੀ ਇਹਨਾਂ ਲੋਕਾਂ ਤੋਂ ਹੀ ਸਿੱਖਿਆ ਲੈ ਰਹੇ ਨੇ, ਇਹਨਾਂ ਦੇ ਪ੍ਰਚਾਰ ਨੂੰ ਗਰਾਊਂਡ ਬਣਾਇਆ ਉਹਨਾਂ ਨੇ ਰੱਬ ਹੈ ਵੀ, ਕਿਉਂਕਿ ਇਹ ਦੋ ਪਾਸੇ ਨੇ ਖੜੇ, ਦੋ ਬੇੜੀਆਂ 'ਤੇ ਪੈਰ ਰੱਖਦੇ ਨੇ, ਦੋ ਬੇੜੀਆਂ 'ਤੇ ਪੈਰ ਰੱਖਣ ਵਾਲਾ ਡੁੱਬਦਾ ਹੁੰਦਾ ਹੀ ਹੈ। ਜਾਂ ਫਿਰ ਇਹ ਕਹਿਣ ਬਈ ਭਾਈ ਰੱਬ ਦੇ ਹੱਥ 'ਚ ਹੈ ਸਭ ਕੁਝ, ਸਾਡੇ ਹੱਥ 'ਚ ਕੁਛ ਨਹੀਂ। ਇੱਕ ਗੱਲ ਮੰਨਣ, ਦੋਏ ਗੱਲਾਂ ਜਾਂ ਮੰਨਦੇ ਹਾਂ, ਆਪਾਂ ਵਿਰੋਧੀ ਗੱਲਾਂ ਨੇ ਦੋਏ, ਆਪਾਂ ਵਿਰੋਧੀ ਗੱਲਾਂ ਨੇ, ਫਿਰ ਤਾਂ ਫਿਰ ਝਗੜਾ ਹੀ ਹੈ, ਫਿਰ ਝਗੜਾ ਦੋਵਾਂ ਹੱਥਾਂ ਨਾਲ ਤਾੜੀ ਵੱਜਦੀ ਹੈ ਜਿਵੇਂ ਝਗੜਾ, ਇੱਕ ਹੱਥ ਐਂ ਜਾਂਦਾ, ਇੱਕ ਹੱਥ ਵਿਰੋਧੀ ਐਂ ਜਾਂਦਾ, ਬਸ ਵਿਚਾਲੀ ਰਹਿ ਜਾਂਦੀ ਹੈ ਗੱਲ ਉੱਥੇ। ਇਹ ਝਗੜਾ ਹੱਲ ਨਹੀਂ ਹੋ ਸਕਦਾ ਜਿੰਨਾ ਚਿਰ ਇੱਕ ਪਾਸੇ ਨਹੀਂ ਹੁੰਦੇ। ਗੁਰਬਾਣੀ ਇੱਕ ਪਾਸੇ ਹੋ ਕੇ ਖੜ ਗਈ, ਇਹ ਜਨਤਾ ਕੇ ਬਸ ਕੁਛ ਨਹੀਂ, ਸਭ ਚੱਲੇ ਚਲਾਏ, ਸਮਝਿਆ ਨਹੀਂ, ਬਸ ਸੈਂਕੜੇ ਪੰਕਤੀਆਂ ਪਈਆਂ, ਪੜ੍ਹਦੇ ਹਾਂ ਸਿੱਖ ਅਸੀਂ, ਸਮਝਦੇ ਵੀ ਹਾਂ। ਜਿਹੜਾ ਕਰਮ ਹੈ ਨਾ, ਇਹ ਵਿਛੋੜਨ ਵਾਲੀ ਚੀਜ਼ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ। ਕਰਮ ਕੀ ਹੈ, ਕਿਰਤ ਕਰਮ ਕੀ ਹੈ, ਕਿਰਤ ਕਰਮ ਸਾਡੇ ਵਸ ਦੀ ਗੱਲ ਹੈ, ਕਰਮ ਸਾਡੇ ਵਸ ਦੀ ਗੱਲ ਨਹੀਂ ਹੈ। ਬਸ ਆਹ ਭੇਦ ਸੀ ਜਿਹੜਾ ਨਾ, ਇੱਥੋਂ ਅਸੀਂ ਮਿਸ ਕਰ ਗਏ। ਜੋ ਮਨ ਸੋਚਦਾ ਹੈ ਉਹਦਾ ਕਰਮ ਹੈ, ਜੋ ਬੁੱਧ ਔਰ ਮਨ ਸੋਚਦੇ ਨੇ ਇਹ ਸਮਝਦੇ ਨੇ, ਜੇ ਤਾਂ ਸਮਝਦੇ ਨੇ ਉਹ ਤਾਂ ਸੁਕ੍ਰਿਤੀ ਹੈ, ਉਹ ਤਾਂ ਸਮਝਣ ਤਾਂ ਆਏ ਨੇ, ਫਿਰ ਤਾਂ ਸਟੂਡੈਂਟ ਨੇ, ਫਿਰ ਤਾਂ ਸਿੱਖ ਨੇ। ਜੇ ਸੋਚਦੇ ਨੇ ਫਿਰ ਇਹ ਮਨੁੱਖ ਨੇ। ਸੋਚਦਾ ਆਦਮੀ ਕਾਹਦਾ, ਜਦ ਆਪਣੇ ਅਨੁਸਾਰ ਜੋ ਹੋ ਰਿਹਾ ਉਹਦੇ 'ਚ ਕੋਈ ਸੰਸ਼ੋਧਨ ਕਰਨਾ ਚਾਹੁੰਦੇ ਤਾਂ ਸੋਚਦਾ, ਆਪਣੀ ਕੁਛ ਪਲੈਨਿੰਗ ਅਨੁਸਾਰ ਸੰਸਾਰ ਨੂੰ ਚਲਾਉਣਾ ਚਾਹੁੰਦਾ। ਸੋਚਣ ਦੀ ਲੋੜ ਤਾਂ ਹੈ, ਸੋਚਣ ਦੀ ਲੋੜ ਹੀ ਨਹੀਂ ਇਹਨੂੰ। ਬੱਚਾ ਸੋਚਦਾ ਪੜ੍ਹਦਾ ਤਾਂ ਹੈ ਜੇ ਦੇਖਦਾ ਵੀ ਸਾਡੇ ਆਮਦਨ ਘੱਟ ਹੈ, ਮੇਰਾ ਡੈਡੀ ਨੂੰ ਐਂ ਕਰਨਾ ਚਾਹੀਦਾ, ਆਮਦਨ ਕਿੱਥੋਂ ਆਊਗੀ। ਸੋਚੇ ਤਾਂ ਉਹਦਾ ਕੁਛ ਨਹੀਂ ਹੋਣਾ, ਫਿਰ ਉਹ ਨੁਕਸਾਨ ਕਰਦਾ, ਚਿੰਤਾ ਹੋ ਜਾਂਦੀ ਹੈ ਉਹਨੂੰ, ਚਿੰਤਾ ਵੀ ਰਹੂਗੀ, ਚਿੰਤਾ ਤਾਂ ਹੈ ਉਹ ਪਿੱਛੇ, ਤਾਂ ਹੀ ਸੋਚਦਾ ਉਹ, ਅਤੇ ਉੱਧਰ ਉਹਦੇ ਧਿਆਨ ਨਹੀਂ ਦੇਣਾ ਪੜ੍ਹਾਈ 'ਚ, ਲੌਸ ਇਹ ਹੁੰਦਾ। ਜਿਹੜਾ ਅਸੀਂ ਸਾਰੀ ਉਮਰ, ਸਾਰਾ ਜੀਵਨ, ਸਾਰਾ ਟਾਈਮ ਗੁਰਮਤ ਨੂੰ ਸਮਝਣ 'ਤੇ ਲਾਉਣਾ ਸੀ, ਉਹ ਲਾਤਾ ਸੀ ਹੋਰ ਪਾਸੇ, ਸੋਚਣ 'ਤੇ ਤਾਂ ਲੌਸ ਹੋ ਗਿਆ ਸਾਨੂੰ। ਔਰ ਸੋਚਦੇ ਹਾਂ ਅਸੀਂ ਹਨੇਰੇ 'ਚ, ਪਤਾ ਨਹੀਂ ਸਿਰੇ ਚੜੂ ਕੰਮ, ਪਤਾ ਨਹੀਂ ਨਹੀਂ ਚੜੂ, ਸੋਚ ਵੀ ਹਨੇਰੇ 'ਚ, ਹਨੇਰੇ ਦੀ ਦੌੜ ਹੈ, ਸੋਚ ਜਿਹੜੀ ਹੈ ਹਨੇਰੇ ਦੀ ਦੌੜ ਹੈ, ਕੋਠੇ ਦੀ ਦੌੜ ਜਿਵੇਂ ਕਹਿੰਦੇ, ਕੰਧ 'ਤੇ ਭੱਜਦੇ ਹਾਂ, ਕੰਧ ਕਿੰਨਾ ਗਜ਼ਰ ਹੈ। ਇਸ ਕਰਕੇ ਗੁਰਬਾਣੀ ਨੇ ਇੱਕ ਫੈਸਲਾ ਕਰ ਲਿਆ, ਤੈਨੂੰ ਸੋਚਣ ਦੀ ਲੋੜ ਨਹੀਂ, ਸੋਚੇ ਸੋਚ ਨਾ ਹੋ ਗਈ, ਤੈਨੂੰ ਸੋਚਣ ਦੀ ਲੋੜ ਕੀ ਹੈ, ਸੋਚ ਸਭ ਤੋਂ ਪਹਿਲੀ ਪੰਕਤੀ ਹੈ, ਔਰ ਸੋਚ ਬੰਦ ਕੀਤੀ ਹੈ, ਸਾਡੀ ਸੋਚ ਹੈ ਸਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ, ਬਸ ਇਹੀ ਪਾਪ ਹੈ। ਪਾਪ ਆਪਣਾ ਨੁਕਸਾਨ ਕਰਦਾ ਹੁੰਦਾ, ਕਿਸੇ ਦਾ ਨਹੀਂ ਕਰਦਾ ਹੁੰਦਾ, ਇਹ ਵੀ ਇੱਕ ਹੋਰ ਗੱਲ ਹੈ। ਜਿਹੜਾ ਪਾਪ ਹੈ ਉਹ ਆਪਣਾ ਨੁਕਸਾਨ ਕਰਦਾ, ਕਿਸੇ ਦਾ ਨਹੀਂ ਕਰਦਾ ਹੁੰਦਾ। ਗੈਰ ਕਾਨੂੰਨੀ ਜੇ ਅਸੀਂ ਕੋਈ ਕੰਮ ਕਰਦੇ ਹਾਂ, ਉਹ 'ਚ ਨੁਕਸਾਨ ਸਾਡਾ, ਕਿਸੇ ਦਾ ਕੋਈ ਨਹੀਂ, ਇਹੀ ਪਾਪ ਹੈ। ਸੋਚਣਾ ਪਾਪ ਹੈ, ਚੰਗਾ ਸੋਚਣਾ ਜਾਂ ਮਾੜਾ ਸੋਚਣਾ, ਦੋਏ ਪਾਪ ਨੇ। ਚੰਗਾ ਵੀ ਸੋਚਣਾ ਪਾਪ ਹੈ, ਜੇ ਤੁਸੀਂ ਸੋਚੋ ਵੀ ਲੋਕਾਂ ਦੇ ਭਲੇ ਖਾਤਰ ਸੋਚੀ, ਉਹ ਵੀ ਪਾਪ ਹੈ। ਕਿਉਂ? ਉੱਥੇ ਤੁਸੀਂ ਇਹ ਮੰਨ ਲਿਆ ਵੀ ਜਿਹੜਾ ਰੱਬ ਹੈ ਪਾਗਲ ਹੈ, ਉਹਦੀ ਜਗ੍ਹਾ ਕਰਦਾ ਬਾਪ ਮੇਰਾ ਪਾਗਲ ਹੈ, ਇਹਦੀ ਅਕਲ ਘੱਟ ਹੈ, ਤਾਂ ਮੁੰਡਾ ਸੋਚਦਾ ਵੀ ਕੋਈ ਆਮਦਨ ਫਾਲਤੂ ਹੋਵੇ। ਕਮ ਸੇ ਕਮ ਬਾਪ 'ਤੇ ਸ਼ੱਕ ਤਾਂ ਹੋ ਗਈ ਨਾ, ਇਹ ਬਾਪ ਸਮਰੱਥ ਨਹੀਂ ਹੈ,
ਉਹ ਇਹਨਾਂ ਕਿਉਂ ਕਰਦਾ, ਇਹਨਾਂ ਨੂੰ ਦੁੱਖ ਕਿਉਂ ਦਿੰਦਾ? ਜਦਕਿ ਗੁਰਬਾਣੀ ਕਹਿੰਦੇ ਦੁੱਖ ਦਾਰੂ, ਸੁੱਖ ਰੋਗ ਪਿਆ। ਬਾਪ ਤਾਂ ਕਹਿੰਦਾ ਜੇ ਮੁੰਡੇ ਨੂੰ ਜ਼ਿਆਦਾ ਪੈਸੇ ਦੇ ਤਾਂ ਵਿਗੜ ਜੂਗਾ, ਉਲਟੀ ਸੰਗਤ 'ਚ ਪੈ ਜੂਗਾ, ਤਾਂ ਨਹੀਂ ਦਿੰਦਾ, ਤਾਂ ਨਹੀਂ ਦੱਸਦਾ ਉਹਨੂੰ ਵੀ ਮੇਰੇ ਕੋਲ ਜ਼ਿਆਦਾ ਹੈਗੇ ਨੇ, ਇਹ ਤਾਂ ਵਿਗੜ ਜੂਗਾ। ਵਿਗਾੜਨ 'ਤੇ ਨਾ ਵਿਗੜ ਜਾਵੇ ਇਸ ਕਰਕੇ ਨਹੀਂ ਦਿੰਦਾ ਉਹ ਜ਼ਿਆਦਾ, ਇਹ ਨਹੀਂ ਸੋਚਦਾ। ਗੁਰਬਾਣੀ ਨੇ ਜਿਹੜੀ ਸੋਚ ਦਿੱਤੀ ਹੈ, ਸਮਝ ਦਿੱਤੀ ਹੈ ਸਾਨੂੰ, ਉਹ ਸਾਡੀ ਸੋਚ ਤੋਂ ਉਲਟਾ ਹੈ ਸਾਰੀ। ਸਾਡੀ ਗੁਰਬਾਣੀ ਦੀ ਸੋਚ ਤੋਂ ਉਲਟਾ ਸੰਸਾਰ ਦੀ ਸੋਚ ਹੈ ਸਾਡੇ ਕੋਲ, ਸਾਨੂੰ ਜੋ ਮਿਲੀ ਹੈ ਸੋਚ ਸੰਸਾਰੀ ਸੋਚ ਮਿਲੀ ਹੈ, ਅਤੇ ਭਗਤਾਂ ਦੀ ਸੋਚ ਉਲਟੀ ਹੁੰਦੀ ਹੈ। ਭਗਤਾਂ ਤਾਂ ਸਾਰੀਆਂ ਜੋੜ ਕਦੇ ਨਾਲ, ਹਾਂਜੀ ਕੱਤ ਚੱਕ ਚੱਕ ਔਰ ਨੂੰ ਸਮਝਾਵਾ, ਕਿਉਂ ਕਹਿੰਦੇ ਚੱਖ ਮਾਰ ਕੇ ਹੋਰਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ, ਚੱਖ ਚੱਕ ਚੱਖ ਮਾਰ ਕੇ ਹੋਰਾਂ ਨੂੰ ਕੀ ਸਮਝਾਉਂਦੇ ਹੋ ਤੁਸੀਂ? ਝਗੜ ਕੀ ਹੋ, ਝਗੜਾ ਹੀ ਪਾਵਾ, ਤੁਸੀਂ ਤਾਂ ਝਗੜਾ ਹੈ। ਚੱਖ ਮਾਰਨਾ ਤਾਂ ਪੈਂਦਾ ਅੰਦਰ ਤੁਹਾਡੇ ਝਗੜਾ, ਝਗੜਾ ਕੀ ਹੈ? ਇੱਕ ਪਾਸੇ ਕਹਿੰਦੇ ਹੋ ਪਰਮਾਤਮਾ ਸਭ ਕੁਛ ਕਰਦਾ, ਇੱਕ ਪਾਸੇ ਕਹਿੰਦੇ ਹੋ ਆਦਮੀ ਕਰਦਾ, ਝਗੜਾ ਇਹ ਗੱਲ ਦਾ ਝਗੜਾ ਪਹਿਲਾਂ ਮੁਕਾ ਲਓ, ਇਹ ਝਗੜਾ ਮੁਕਾਓ ਵੀ ਦੋਹਾਂ 'ਚੋਂ ਕਰਦਾ ਕੌਣ? ਇਹ ਆਪਣੇ ਅੰਦਰ ਦਾ ਝਗੜਾ ਤਾਂ ਮੁਕਾ ਲਓ, ਇੱਕ ਫੈਸਲਾ ਕਰ ਲਓ ਵੀ ਕਰਦਾ ਕੌਣ। ਇਹਨਾਂ ਨੂੰ ਦੋਏ ਗੱਲਾਂ ਦੱਸੀ ਜਾਂਦੇ, ਉਹਨਾਂ ਦੇ ਅੰਦਰ ਵੀ ਝਗੜਾ ਪੈਦਾ ਕਰਤਾ ਵਿਚਾਰਿਆਂ ਦੇ, ਦੁਬਧਾ ਪੈਦਾ ਕਰਤੀ। ਆਪ ਪਹਿਲਾਂ ਵਿਚਾਰੋ, ਡਿਸੀਜ਼ਨ ਕਰ ਲਓ, ਫਿਰ ਇੱਕ ਗੱਲ ਦੱਸੋ ਇਹਨਾਂ ਨੂੰ, ਦੱਸ ਦਿਓ ਕੋਈ ਗੱਲ, ਇੱਕ ਦੱਸੋ, ਦੱਸ ਦਿਓ ਕੋਈ। ਤੁਸੀਂ ਤਾਂ ਦੋ ਗੱਲਾਂ ਦੱਸੀ ਜਾਂਦੇ ਹੋ, ਆਪਾਂ ਵਿਰੋਧੀ, ਆਪਾਂ ਵਿਰੋਧੀ ਅਰਥਾਂ ਦਾ ਕਾਰਨ ਸਿਰਫ ਪਾਪ ਔਰ ਪੁੰਨ ਅਸੀਂ ਮੰਨਦੇ ਹਾਂ, ਜਿਹਨੂੰ ਕੋਈ ਗੁਰਬਾਣੀ ਨਹੀਂ ਮੰਨਦੀ। ਜਿਹੜਾ ਪਾਪ ਪੁੰਨ ਹੈ ਉਹ ਸਾਨੂੰ ਸਮਝ 'ਚ ਨਹੀਂ ਆਇਆ, ਸਾਡਾ ਸੋਚਣਾ ਹੀ ਪਾਪ ਹੈ। ਗੁਰਬਾਣੀ, ਹਾਂ ਗੁਰਬਾਣੀ ਨੂੰ ਮੰਨਣਾ ਜਿਹੜਾ ਹੈਗਾ, ਹੁਕਮ 'ਚ ਰਹਿਣਾ ਪੁੰਨ ਹੈ, ਹੁਕਮ ਦੇ ਵਿੱਚ ਰਹਿਣਾ ਪੁੰਨ ਹੈ। ਜੋ ਹੋ ਰਿਹਾ, ਜੋ ਕੁਛ ਕਰੇ ਸੋ ਭਲਾ ਕਰ ਮੰਨੀ ਹੈ, ਜੋ ਉਹਨੇ ਕਰ ਦਿੱਤਾ ਹੋ ਗਿਆ ਉਹਨੂੰ ਆਪਣਾ ਭਲਾ ਮੰਨ ਕੇ ਅੰਦਰੋਂ, ਜ਼ਬਰਦਸਤੀ ਨਹੀਂ ਵੀ ਅੰਦਰੋਂ ਤਾਂ ਅਸੀਂ ਮੰਨੀਏ, ਮੋਰੇ ਕੀਤਾ ਜ਼ਾਹਰ ਕਰੀਏ ਵੀ ਨਹੀਂ ਨਹੀਂ ਚਲੋ ਯਾਰ। ਹਿਕਮਤ ਹੁਕਮ ਅੰਦਰੋਂ ਜਿਹੜੀ ਹੈ ਨਾ ਕੁੰਡੀ ਪਾਪ ਦੀ, ਉਹ ਨਾ ਰੱਖੀਏ ਵੀ ਉੱਤੋਂ ਉੱਤੋਂ ਤਾਂ ਅਸੀਂ ਮੰਨਦੇ ਹਾਂ ਚੰਗਾ, ਅੰਦਰੋਂ ਮੰਨਦੇ ਹਾਂ ਬੁਰਾ, ਚੰਗਾ ਹੀ ਹੈ ਉਹ।